ਅੱਜ ਸਿੰਗਰ ਨਾਲ ਗੱਲ ਕਰਨੀ ਹੈ ਮੋਟਰ ਚੀਕਲੀ ਦੀ ਮੋਟਰ ਚੀਕਲੀ ਬਾਰੇ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਮੋਟਰ ਚੀਕਲੀ ਦੇ ਦੋ ਟਾਇਰ ਹੁੰਦੇ ਆ ਤੇ ਇੰਜਨ ਇਹਦਾ 50 ਸੀਸੀ ਤੋਂ ਜ਼ਿਆਦਾ ਹੁੰਦਾ ਹੈ ਇਹ ਨਿਸ਼ਾਨੀ ਹੈ ਕਿ ਇੰਜਨ 50 ਸੀਸੀ ਤੋਂ ਜ਼ਿਆਦਾ ਹੋਏਗਾ ਤੇ ਦੋ ਟਾਇਰ ਹੋਣਗੇ ਠੀਕ ਹੈ ਜੀ ਤੇ ਬਾਕੀ ਅਦਾ ਸਵਾਲ ਨੰਬਰ 1 ਹੈ ਸਵਾਲ ਨੰਬਰ ਇੱਕ 'ਚ ਗੱਲ ਕਰਦਾ ਕਹਿੰਦਾ ਕਿ ਈ ਮੋਟੋਸਾਈਕਲੀ ਮੋਟਰਬਾਈਕ ਸੋਨ ਵਹੀਕਲੀ ਗੱਡੀਆਂ ਨੇ ਆ ਦੂਵੇ ਰੋਤੇ ਦੂਹ ਟੈਰਾਂ ਵਾਲੀਆਂ ਮੋਟੋਚੀਕਲੀ ਗੱਡੀ ਐ ਜੀ ਦੂਹ ਟੈਰਾਂ ਵਾਲੀ ਸਵਾਲ ਨੰਬਰ ਦੋਜੀ ਮੋਟੋਚੀਕਲੀ ਅਨੋ ਚਿਲਿੰਡਰਾਟਾ ਮੋਟੋਚੀਕਲੀ ਦਾ ਚਿਲਿੰਡਰਾਟਾ ਇੰਜਨ ਦੀ ਪਾਵਰ ਨੂੰ ਕਹਿੰਦੇ ਨੇ ਕਹਿੰਦੇ ਕਿ ਮੋਟੋਚੀਕਲੀ ਦਾ ਸਿਲਿੰਡਰਾਤਾ ਜਿਹੜਾ ਵੈ ਸੁਪਰੀਓ ਦੇ ਜਿਆਦਾ ਹੁੰਦਾ ਵਜੇ 80 40 50 ਤੋਂ ਜਿਹੜੀ ਪਾਵਰ ਹੈ ਜੀ ਮੋਤੋ ਚੀਕਲੀ ਦੀ ਉਹ ਕਹਿੰਦਾ ਵੈ ਕਿ 50 ਤੋਂ ਜਿਆਦਾ ਹੁੰਦੀ ਹੈ ਕਹਿੰਦਾ ਵੈ ਸਵਾਲ ਨੰਬਰ 2 ਵਿੱਚ ਕਿ ਮੋਤੋ ਚੀਕਲੀ ਦੀ ਇੰਜਨ ਦੀ ਪਾਵਰ ਜਿਹੜੀ ਹੈ ਉਹ 50 ਤੋਂ ਜਿਆਦਾ ਹੁੰਦੀ ਹੈ ਤੇ ਸਵਾਲ ਨੰਬਰ 3 ਕੀ ਕਿਲੋਮਟੋਰੀ ਨਨ ਇਹ ਨਹੀਂ ਇੰਤਰ ਨਹੀਂ ਹੁੰਦੀਆਂ ਮਤਲਬ ਨਹੀਂ ਆਂਦੀਆਂ ਜੇ ਜੀ ਚੀਕਲੋ ਮਟੋਰੀ ਹੈ ਉਹ ਨਹੀਂ ਆਂਦੀ ਨੀਲਾ ਕੈਟੇਗਰੀਆ ਕੈਟੇਗਰੀ ਵਿੱਚ ਦੇ ਮੋਟੋ ਚੀਕਲੀ ਮੋਟਰਬਾਈਕ ਦੇ ਠੀਕ ਹੈ ਚੀਕਲੋ ਮਟੋਰੀ ਕਹਿੰਦਾ ਵਿਕੇ ਮੋਟੋ ਚੀਕਲੀ ਦੀ ਕੈਟੇਗਰੀ ਵਿੱਚ ਨਹੀਂ ਆਂਦੀ ਚੀਕਲੋ ਮਟੋਰੀ ਹੋਰ ਚੀਜ਼ ਹੈ ਮੋਟੋ ਚੀਕਲੀ ਹੋਰ ਚੀਜ਼ ਹੈ ਚੀ ਕਿਲੋਮੀਟਰੀ ਬਾਰੇ ਆਪਾਂ ਸਟੱਡੀ ਕੀਤਾ ਸੀ ਪਹਿਲਾਂ ਠੀਕ ਹੈ ਜੀ ਸੋ ਸਾਨੂੰ ਪਤਾ ਹੈ ਚੀ ਕਿਲੋਮੀਟਰੀ ਐਸੀ ਗੱਡੀ ਹੁੰਦੀ ਹੈ ਜੀ ਜਿਹਦੀ ਸਪੀਡ ਮੈਕਸਿਮਮ 45 ਤੱਕ ਹੁੰਦੀ ਹੈ ਤੇ ਇੰਜਨ ਮੈਕਸਿਮਮ 50 ਤੱਕ ਹੁੰਦਾ ਵਾ ਸੋ ਜਿਹੜਾ ਦੇਰੀ ਮੋਤੋ ਚੀਕ ਲੀਆ ਐਦਾ ਜਿਹੜਾ ਇੰਜਨ ਆ F 50 ਤੋਂ ਜ਼ਿਆਦਾ ਹੁੰਦਾ ਵਾ ਸੋ ਚੀ ਕਿਲੋਮੀਟਰੀ ਤੇ ਮੋਤੋ ਚੀਕਲੀ ਦੋ ਵੱਖਰੀਆਂ ਵੱਖਰੀਆਂ ਚੀਜ਼ਾਂ ਨੇ ਠੀਕ ਹੈ ਜੀ ਤਾਂ ਵੱਸ ਸਾਨੂੰ ਸਵਾਲ ਨੰਬਰ ਤੇ ਜਿ ਕਿਹਾ ਵੈ ਕਿ ਚੀ ਕਿਲੋਮੀਟਰੀ ਜਿਹੜੀ ਐ ਉਹ ਮੋਟੋਸਾਈਕਲ ਦੀ ਕੈਟਾਗਰੀ ਵਿੱਚ ਨਹੀਂ ਆਉਂਦੀ ਸਵਾਲ ਨੰਬਰ 4 ਹੈ ਜੀ ਮੋਟੋਚੀਕਲੀ possono essere dotati ਮੋਟੋਸਾਈਕਲ ਹੋ ਸਕਦੀ ਹੈ ਪ੍ਰੋਵਾਈਡ ਕੀਤੀ ਹੋਈ ਦੀ ਕਾਮਬਿਓ ਆਟੋਮੈਟਿਕੋ ਜਿੱਦੇ ਕਿ ਗੇਅਰ ਆਟੋਮੈਟਿਕ ਹੋਣ ਮੋਟਰਸਾਈਕਲ ਦੇ ਕਹਿੰਦਾ ਗੇਅਰ ਆਟੋਮੈਟਿਕ ਹੋ ਸਕਦੇ ਆ ਠੀਕ ਹੈ ਕਾਂਬੀਓ ਗੇਅਰ ਆਟੋਮੈਟਿਕ ਆਟੋਮੈਟਿਕ ਹੈ ਗੇਅਰ ਕਹਿੰਦਾ ਕਿ ਇਹਦੇ ਆਟੋਮੈਟਿਕ ਹੋ ਸਕਦੇ ਆ ਸਵਾਲ ਨੰਬਰ 5 ਜੀ ਮੋਟਰਸਾਈਕਲ ਸੋਨੋ ਸੋਜੇਤੀ ਆ ਰਿਵੀਜ਼ਿਓਨੇ ਮੋਟਰਸਾਈਕਲ ਵਾਸਤੇ ਕਹਿੰਦਾ ਵੈ ਰਿਵੀਜ਼ਿਓਨੇ ਹੈ ਰੀ ਪਾਸਿੰਗ ਹੈ ਦੋਪੋ ਬਾਅਦ ਵਿੱਚ 4 anni 4 ਸਾਲ ਬਾਅਦ ਵਿੱਚ ਦਾਲਾ ਪ੍ਰੀਮਾ ਪਹਿਲੀ ਇਮਾਤ੍ਰੀ ਕੋਲਾਸਿਓਨੇ ਇਮਾਤ੍ਰੀ ਕੋਲਾਸਿਓਨੇ ਕਹਿੰਦੇ ਨੇ ਰਜਿਸਟ੍ਰੇਸ਼ਨ ਨੂੰ ਠੀਕ ਹੈ ਜੀ ਇਮਾਤ੍ਰੀ ਕੋਲਾਸਿਓਨੇ ਜਦੋਂ ਪਹਿਲੀ ਵਾਰੀ ਹੁੰਦੀ ਹੈ ਗੱਡੀ ਦੀ ਕਹਿੰਦਾ ਕਿ 4 ਸਾਲ ਬਾਅਦ ਐਦੀ ਰਿਵਿਜ਼ਿਓਨੇ ਹੁੰਦੀ ਹੈ ਉਸ ਤੋਂ ਬਾਅਦ ਵਿੱਚ ਸੁਚੇ ਸਿਵਾਮੈਂਤੇ ਉਸ ਤੋਂ ਬਾਅਦ ਵਿੱਚ ਉਨੀ 2 ਦੇ ਹਨ ਹਰ 2 ਸਾਲ ਬਾਅਦ ਠੀਕ ਹੈ ਜੀ ਕਹਿੰਦੇ ਨੇ ਕਿ ਮੁੱਤ ਚੀਕਲੀ ਵਾਸਤੇ ਰਿਵੀਜ਼ਿਓਨੀ ਹੈ ਰਿਵੀਜ਼ਿਓਨੀ ਕਿਉਂ ਦੀ ਹੈ ਜੀ ਰੀ ਪਾਸਿੰਗ ਅਸੀਂ ਗੱਡੀ ਲੈ ਕੇ ਜਾਂਦੇ ਹਾਂ ਮਕੈਨਿਕ ਕੋਲ ਤੇ ਉਹ ਸਾਡੀ ਗੱਡੀ ਨੂੰ ਪਾਸ ਕਰਦਾ ਵਾ ਇਹਨੂੰ ਰਿਵੀਜ਼ਿਓਨ ਹੀ ਕਹਿੰਦੇ ਨੇ ਸੋ ਕਹਿੰਦੇ ਨੇ ਕਿ ਮੁੱਤ ਚੀਕਲੀ ਦੀ ਰਿਵੀਜ਼ਿਓਨੀ ਜਿਹੜੀ ਆ ਨਾ ਜਦੋਂ ਅਸੀਂ ਨਵੀਂ ਲੈਂਦੇ ਹਾਂ ਮੁੱਤ ਚੀਕਲੀ ਉਹ ਤੋਂ 4 ਸਾਲ ਬਾਅਦ ਹੁੰਦੀ ਹੈ ਉਸ ਤੋਂ ਬਾਅਦ ਵਿੱਚ ਹਰ 2 ਸਾਲ ਬਾਅਦ ਠੀਕ ਹੈ ਜੀ ਐਕਲੋ ਐਸੇ ਜੀ ਪੰਜ ਸਵਾਲ ਮੋਤੋ ਚੀਕ ਲਈਦੇ ਅੱਗੇ ਆ ਜੋ ਅੱਗੇ ਜੀ ਗੱਲਬਾਤ ਆ ਗਿਆ ਜੀ ਤਰੀ ਚੀਕ ਲਈਦੀ ਤਰੀ ਚੀਕਲੀ ਗੱਡੀ ਹੁੰਦੀ ਹੈ ਜੀ ਤਿੰਨਾ ਟਾਰਾਂ ਵਾਲੀ ਤਿੰਨਾ ਪਹੀਆਂ ਵਾਲੀ ਜਿੱਦਾਂ ਕਿਹਾ ਹੈ ਐਦੇ ਤਿੰਨ ਪਹੀਏ ਹੁੰਦੇ ਨੇ ਠੀਕ ਹੈ ਜੀ ਤੇ ਜਿਹੜੀ ਸਪੀਡ ਜਿਹੜਾ ਇੰਜਨ ਹੈ ਜੀ ਉਹ ਵੀ 50 ਤੋਂ ਜ਼ਿਆਦਾ ਹੁੰਦਾ ਵਾ ਤੇ ਸਪੀਡ ਵੀ 45 ਤੋਂ ਜ਼ਿਆਦਾ ਹੁੰਦੀ ਹੈ ਇਹਦੀ ਠੀਕ ਹੈ ਜੀ ਐਦੇ ਹੁਣ ਤਿੰਨ ਸਵਾਲ ਨੇ ਚੌਥਾ ਤੇ ਸੇਮ ਹੀ ਜਿਹੜਾ ਅਸੀਂ ਪਹਿਲਾਂ ਕੀਤਾ ਵਾ ਸਵਾਲ ਨੰਬਰ 5 ਤਿੰਨ ਸਵਾਲ ਨੇ ਸਟੱਡੀ ਕਰਨ ਵਾਲੇ ਅਸੀਂ ਕਰਨੇ ਆ ਜੀ ਜਦੋਂ ਪਹਿਲਾ ਸਵਾਲ ਹੈ ਇਹ ਚ ਗੱਲ ਕਰਦਾ ਜੀ 3 ਤ੍ਰੀ ਚੀਕਲੀ ਆਮ ਤੌਰੇ ਜਿਹੜੀ ਤ੍ਰੀ ਚੀਕਲੀ ਹੈ ਜੀ ਇੰਜਨ ਵਾਲੀ ਸੋਨੋ ਵਹੀਕਲੀ ਉਹ ਗੱਡੀਆਂ ਨੇ ਜੀ ਆਮ ਤੌਰੇ ਇੰਜਨ ਵਾਲੀਆਂ ਆ ਤਰੇ ਰੋਤੇ ਤਿੰਨਾ ਟਾਇਰਾਂ ਵਾਲੀਆਂ ਸਿਮੇਤਰੀਕੇ ਇੱਕੋ ਜੇ ਸੇਮ ਇੱਕੋ ਜੇ ਇਹਦੇ ਵਿੱਚ ਤਿੰਨ ਟਾਇਰ ਹੁੰਦੇ ਨੇ ਦੋ ਪਿੱਛੇ ਇੱਕ ਅੱਗੇ ਠੀਕ ਹੈ ਜੀ ਸੋ ਤਰੀ ਚੀਕਲੀ ਗੱਡੀ ਹੈ ਇੰਜਨ ਵਾਲੀ ਜਿਹਦੇ ਵਿੱਚ ਕੇ ਇੱਕੋ ਜੇ ਤਿੰਨ ਟਾਇਰ ਹੁੰਦੇ ਨੇ ਜੀ ਤਾਂ ਇਹਨੂੰ ਤਰੀ ਚੀਕਲੀ ਕਹਿੰਦੇ ਆ ਓਕੇ ਜੀ ਨੈਕਸਟ ਸਵਾਲ ਨੰਬਰ 2 ਹੈ ਜੀ ਕਹਿੰਦਾ ਕਿ 3 ਚੀਕਲੀ ਆਮ ਤੋਰੇ ਜਿਹੜੀ ਤਰੇ ਚੀਕਲੀ ਹੁੰਦੀ ਹੈ ਇੰਜਨ ਵਾਲੀ ਸਨ ਵਹੀਕਲੀ ਗੱਡੀ ਹੈ ਜੀ ਕਨ ਮਤੋਰੇ ਨਾਲ ਇੰਜਨ ਦੇ ਦੇ ਚਲਿੰਦਰਾਤਾ ਜਿਹਦੀ ਕਿ ਪਾਵਰ ਹੁੰਦੀ ਹੈ ਜੀ ਸੁਪਰੀਅਰ ਜਿਆਦਾ 80 50 ਤਰੀ ਚੀਕਲੀ ਗੱਡੀ ਹੈ ਇੰਜਨ ਵਾਲੀ ਜਿਹਦੀ ਕਿ ਇੰਜਨ ਦੀ ਪਾਵਰ ਪੰਜਾਹ ਤੋਂ ਜ਼ਿਆਦਾ ਹੁੰਦੀ ਹੈ ਠੀਕ ਹੈ ਜੀ ਸਵਾਲ ਨੰਬਰ 3 ਹੈ 3 ਚੀਕਲੀ 3 ਚੀਕਲੀ ਆਮ ਤੌਰੇ ਸੋਨ ਵਹੀਕਲੀ 3 ਚੀਕਲੀ ਇੰਜਨ ਵਾਲੀ ਗੱਡੀ ਹੈ ਅਵੈਂਤੀ ਰੱਖਦੀ ਹੈ ਜੀ ਉਹਨਾਂ ਵੈਲੋਜੀਤਾ ਇੱਕ ਸਪੀਡ ਮੈਕਸੀਮਾ मैक्सिमम पर कोस्ट्रुसियोने बनाने वास्ते सुप्रियोरे ज्यादा आ कुरानता 5 45 ਤੋਂ ਕਹਿੰਦਾ ਕਿ ਤਰੀ ਚੀਕ ਲਈ ਦੀ ਜਿਹੜੀ ਸਪੀਡ ਹੈ ਠੀਕ ਹੈ ਕਹਿੰਦਾ ਕਿ ਜਿਹੜੀ ਤਰੀ ਚੀਕ ਲਈ ਹੈ ਗੱਡੀ ਹੈ ਇੰਜਨ ਵਾਲੀ ਜਿਹਦੀ ਸਪੀਡ ਜਿਹੜੀ ਹੈ ਉਹ 45 ਤੋਂ ਜ਼ਿਆਦਾ ਹੁੰਦੀ ਹੈ ਠੀਕ ਹੈ ਜੀ ਅਗੇ ਸਵਾਲ ਨੰਬਰ 4 ਸੇਮ ਪਹਿਲੇ ਵਾਲਾ ਹੀ ਜਦੋਂ ਫਰਸਟ ਟਾਈਮ ਅਸੀਂ ਲੈਣੀ ਹੈ ਤ੍ਰੀ ਚੀਕਲੀ ਉਹ ਤੋਂ 4 ਸਾਲ ਬਾਅਦ ਰੀ ਪਾਸਿੰਗ ਹੋਣੀ ਹੈ ਇਹਦੀ ਉਸ ਤੋਂ ਬਾਅਦ ਵਿੱਚ ਹਰ 2 ਸਾਲ ਬਾਅਦ ਇਹ ਤ੍ਰੀ ਚੀਕਲੀ ਆਮ ਤੌਰੇ ਸੋਨੋ ਸੁਜੇਤੀ ਤ੍ਰੀ ਚੀਕਲੀ ਇੰਜਨ ਵਾਲੀ ਵਾਸਤੇ ਆ ਰਿਵਿਜ਼ਿਓਨ ਹੈ ਰਿਵਿਜ਼ਿਓਨ ਹੈ Dopo 4 anni 4 ਸਾਲ ਬਾਅਦ ਦਾਲਾ ਪ੍ਰੀਮਾ ਪਹਿਲੀ ਹਿਮਾ ਤ੍ਰੀਕੋਲਾਸਿਓਨੇ ਰਜਿਸਟ੍ਰੇਸ਼ਨ ਤੋਂ ਜਦੋਂ ਪਹਿਲੀ ਰਜਿਸਟ੍ਰੇਸ਼ਨ ਕਰਾਈ ਹੈ ਦੀ ਉਦੋਂ 4 ਸਾਲ ਬਾਅਦ ਕਹਿੰਦਾ ਵੈ ਕਿ ਆਦੀ ਅਸੀਂ ਰਿਵੀਜ਼ਨੇ ਕਰਾਉਣੀ ਹੈ ਜੀ ਸੁੱਚੇ ਸੇਵਾਮੈਂਤੇ ਉਸ ਤੋਂ ਬਾਅਦ ਵਿੱਚ ਹੁਣ ਨਹੀਂ ਦੋਵਿਆਂ ਨੇ ਹਰ ਦੋ ਸਾਲ ਬਾਅਦ ਠੀਕ ਹੈ ਜੀ ਸੇਮ ਗੱਲ ਜੋ ਜਿਹੜੀ ਕੋਨੇ ਪਹਿਲਾਂ ਵੀ ਕੀਤੀ ਹੈ ਇਹ ਮਾਤ੍ਰਿਕੋਲਾਜ਼ੀਓ ਨੇ ਵਰਡ ਹੈ ਐਸੈਂਪਰੇ ਹੀ ਹੋਰ ਹੁੰਦਾ ਵੈ ਜੇ ਸਵਾਲ ਵਿੱਚ ਵੀ ਹੁੰਦਾ ਵੈ ਠੀਕ ਹੈ ਸੋ ਤੁਸੀਂ ਇਹਦੀ ਨਿਸ਼ਾਨੀ ਵੀ ਯਾਦ ਰੱਖ ਸਕਦੇ ਹੋ ਜੇ ਚਾਹੋ ਤਾਂ ਠੀਕ ਹੈ ਐਪੋਗੋ ਐਸ ਜਿਵੇਂ ਜੀ ਆਪਣੇ ਸਵਾਲ ਤਰੀ ਚੀਕ ਲਈ ਦੇ 11 ਜੀ ਸਵਾਲ ਨੰਬਰ 4 ਹੁਣ ਗੱਲਬਾਤ ਹੋਣ ਗਿਆ ਜੀ ਕੁਆਦਰੀ ਚੀਕਲੀ ਦੀ ਅਸੀਂ ਪਹਿਲਾਂ ਗੱਲ ਕੀਤੀ ਸੀ ਕੁਆਦਰੀ ਚੀਕਲੀ ਲਜੇੜੀ ਦੀ ਤੇ ਕੁਆਦਰੀ ਚੀਕਲੀ ਵਿੱਚ ਨਾ ਦੋ ਟਾਈਪਾਂ ਹੁੰਦੀਆਂ ਨੇ ਇੱਕ ਲਜੇੜੀ ਹੁੰਦੀ ਹੈ ਹਲਕੀ ਹੁੰਦੀ ਹੈ ਇੱਕ ਕੁਆਦਰੀ ਚੀਕਲੀ ਨਾਰਮਲ ਹੁੰਦੀ ਹੈ ਜਿਹੜੀ ਕਿ ਹਲਕੀ ਨਹੀਂ ਹੁੰਦੀ ਠੀਕ ਹੈ ਜੀ ਸੋ ਹੁਣ ਗੱਲਬਾਤ ਹੋਣ ਗਿਆ ਜੀ ਕੁਆਦਰੀ ਚੀਕਲੀ ਨਾਰਮਲ ਦੀ ਜਿਹੜੀ ਕਿ ਹਲਕੀ ਨਹੀਂ ਦੋ ਸਵਾਲ ਨੇ ਇਹਦੇ ਪਹਿਲਾ ਸਵਾਲ ਹੈ ਜੀ

जी पावर है यहाँ तो पंद्रह किलो वाट ज्यादा होएगी सॉरी घट होगी पंद्रह किलो वाट के बराबर होगी पावर क्वादरी चीकली 15 किलो वाट तू ज्यादा नहीं हो सकती ठीक है जी सवाल नंबर पाँच है जी कोदरी चीकली सोनो सुजेते चीकली वास्ते रखी हुई है जी रेविज्योने रेविज्योने ਪੀਰੀਓਡਿਕਾ ਪੀਰੀਅਡ ਵਾਈਜ਼ ਪੀਰੀਅਡ ਵਾਈਜ਼ ਮਤਲਬ ਕਿੰਜ ਹੈ ਕਿ ਜਦੋਂ ਨਵੀਂ ਲੈਣੀ ਹੈ ਉਦੋਂ 4 ਸਾਲ ਬਾਅਦ ਸਾਨੂੰ ਪਾਸ ਕਰਾਣਾ ਉਸ ਤੋਂ ਬਾਅਦ ਵਿੱਚ ਹਰ 2 ਸਾਲ ਬਾਅਦ ਇਹ ਤੇ ਹਰ ਗੱਡੀ ਵਾਸਤੇ ਅਨਜੀ ਹੈ ਭਾਵੇਂ ਉਹ ਕੁਆਡਰ ਚੀਕ ਲਿਆ ਹੈ 3 ਚੀਕ ਲਿਆ ਹੈ 80 ਕਿਲੋਮੀਟਰੀ ਹੈ ਉਹ ਕਾਰ ਹੈ ਟਰੱਕ ਹੈ ਜਿਹੜੀ ਵੀ ਚੀਜ਼ ਹੈ ਨਾ ਜਦੋਂ ਨਵੀਂ ਲੈਣੀ ਹੈ ਉਦੋਂ 4 ਸਾਲ ਬਾਅਦ ਉਸ ਤੋਂ ਬਾਅਦ ਵਿੱਚ ਹਰ 2 ਸਾਲ ਬਾਅਦ ਅਸੀਂ ਉਹਨੂੰ ਰੀਪਾਸ ਕਰਾਣਾ ਹੁੰਦਾ ਜੀ ओके। ਰਗਾਸੀ ਆਸੀ ਕਾ ਆਪਣੇ ਸਵਾਲ। ਜੇਰਾ ਆਪਣਾ ਸਟੱਡੀ ਕਰਨ ਨਸੀਗਾ ਅੱਜ।